ਇਸ ਤਾਂ ਭਾਈ ਇਹ ਦੱਸੋ ਕਿ ਅਸਾਂ ਜਿਸ ਫੈਰੀ ਪਰ ਬੈਠੇ ਹਾਂ ਅੱਛਾ ਇਹ ਸਮੁੰਦਰ ਦੀ ਜਾਨ ਨੂੰ ਅਸਾਂ ਕੀ ਫਿਰ ਸੀ ਦੋਸਤ ਸੀ ਇਸ ਨੇ ਹਵਾਲੇ ਨਾਲ ਡਿਟੇਲ ਕੋਈ ਜਾਨ ਮਲੂਮਾਤ ਦਿਓ ਨਾ ਕਿ ਕਿ ਇਸ ਨੇ ਬਾਰੇ ਇਸ ਨੂੰ ਹੀ ਡਿਟੇਲ ਮਲੂਮਾਤ ਕਿਸ ਤਰ੍ਹਾਂ ਦੇਣੇ ਆ ਕਿ ਇਹ ਜਿਹੜੀ ਫੈਰੀ ਹੈ ਇਹ ਤੁਸੀਂ ਮਤਲਬ ਪੂਰੇ ਇਸਤੰਬੋਲ ਨੇ ਨਾ ਜਿਹੜੇ ਠੀਕ ਮੇਨ ਜਿਹੜੇ ਮੋਨੂਮੈਂਟਸ ਹਨ ਠੀਕ ਮਤਲਬ 8-10 ਜ਼ਬਰਦਸਤ ਉਸ ਨਾਲ ਪੂਰਾ 1.5 ਘੰਟੇ ਦਾ ਟੂਰ ਹੋਣਾ ਉਸ ਠੀਕ ਠੀਕ ਹੈ ਉਹ ਕਿਆ ਕਰਨਾ ਕਿ ਇਹ ਪੂਰੇ 1.5 ਘੰਟੇ 'ਚ ਪੂਰਾ ਜਨਾਬ ਇਸਤੰਬੋਲ ਹੀ ਮੇਨ ਮੇਨ ਚੀਜ਼ਾਂ ਨੂੰ ਉਹਨਾਂ ਨੇ ਸਾਈਡ ਤੋਂ ਗੁਜ਼ਰਨੀ ਹੈ ਠੀਕ ਜ਼ਬਰਦਸਤ ਤੁਸੀਂ ਉਸ ਨਾਲ ਵਿਊ ਲੈਣੇ ਹੋ ਤੱਕਣੇ ਹੋ ਸਾਰਾ ਚੀਜ਼ ਜ਼ਬਰਦਸਤ ਇਹ ਇਸ ਨਾਲ ਮਤਲਬ ਟੂਰ ਨਾਲ ਬੇਸਿਕ ਪਰਪਸ ਇਸ ਤਰ੍ਹਾਂ ਹੈ ਕਿ 1.5 ਘੰਟਾ ਪੂਰਾ ਇਸਤੰਬੋਲ ਨਾਲ ਠੀਕ ਜ਼ਬਰਦਸਤ ਮੇਨ ਚੀਜ਼ਾਂ ਕਵਰ ਹੋ ਜਾਣੀਆਂ ਤੁਸੀਂ ਸੀ ਵਿੱਚ ਬਈ ਦਾ ਇੱਕ ਸੀ ਨਾਲ ਵਿਊ ਵੀ ਲੈਣੇ ਹੋ ਦੂਸਰਾ ਮਤਲਬ ਕਿ ਜ਼ਿਆਦਾ ਵੀ ਸਾਰੀਆਂ ਤੁਸੀਂ ਤੱਕਣੇ ਹੋ ਇਸ ਤਰ੍ਹਾਂ ਔਰ ਇਸ ਨਾਲ ਇਹ ਹੈ ਕਿ ਇੱਕ ਮਤਲਬ ਦਿਹਾੜੀ ਵੀ ਟੂਰ ਹੋਣੇ ਲੇਕਿਨ ਰਾਤੀ ਨੇ ਜਿਹੜਾ ਟੂਰ ਹੋਣਾ ਉਹ ਵੀ ਕਾਫੀ ਮਤਲਬ ਉਸਦੀ ਆਪਣੀ ਕਿ ਤੁਸੀਂ ਹਰ ਤਰਫ ਜਨਾਬ ਲਾਈਟਸ ਉਸ ਤੋਂ ਬਾਅਦ ਇਹ ਹੈ ਕਿ ਜਿਹੜੀਆਂ ਨਾ ਮੇਨ ਜਿਹੜੀਆਂ ਚੀਜ਼ਾਂ ਜਿਹੜੀਆਂ ਮੋਨੂਮੈਂਟਸ ਹਨ ਜਿਹੜਾ ਕਿ ਦੱਸਣਾ ਜਿਹੜਾ ਮਕਸਦ ਹੈ ਉਹਨਾਂ ਕੀ ਮਜ਼ੀਦ ਅੱਛੇ ਤਰੀਕੇ ਨਾਲ ਲਾਈਟਨਿੰਗ ਕੀਤੀ ਹੈ ਕਿ ਰਾਤੀ ਦੇ ਟਾਈਮ ਵੀ ਤੁਸੀਂ ਕਿ ਉਹ ਕਲੀਅਰ ਚੀਜ਼ਾਂ ਸਾਰੀਆਂ ਕਿ ਇਹ ਚੀਜ਼ ਇਹ ਹੈ ਔਰ ਦੂਸਰਾ ਕਿ ਇਸਨੇ ਅਨਾਊਂਸਮੈਂਟ ਵੀ ਹੋਣੀ ਹੈ ਠੀਕ ਹੈ ਜਿਹੜਾ ਉਸਨੇ ਚੀਜ਼ ਕੋਲੋਂ ਗੁਜ਼ਰਨੇ ਕਿ ਜੀ ਐਸਾ ਮਿਸਾਲ ਕੇ ਤੌਰ ਪਰ ਇਹ ਬਾਚੇ ਪੈਲੇਸ ਹੈ ਠੀਕ ਹੈ ਇਹ ਦੋਲਮਾ ਪੈਲੇਸ ਹੈ ਵਗੈਰਾ ਵਗੈਰਾ ਇਸ ਤਰ੍ਹਾਂ ਦਾ ਇੱਕ ਮਤਲਬ ਇਹ ਟੂਰ ਕਰਾਉਣਾ ਬਹੁਤ ਜ਼ਬਰਦਸਤ ਤਾਂ ਬਈ ਇਹ ਨਾ ਵੈਸੇ ਜ਼ਿੰਦਗੀ ਵੈਸੇ ਖਾਲੀ ਇੱਕ ਵੀਡੀਓ ਤੱਕਨੇ ਨਾਲ ਸੋਚੀ ਨਹੀਂ ਸੀ ਕਿ ਸ਼ਾਇਦ ਅਸਾਂ ਕੁਦਾ ਸ਼ਾਇਦ ਜੇ ਮੌਕਾ ਮਿਲੇ ਤਾਂ ਅਸਾਂ ਇਸ ਫੈਰੇ ਵਿੱਚ ਸਫ਼ਰ ਕਰਾਂ ਤਾਂ ਅੱਜ ਇਨਸ਼ਾ ਅੱਲਾ ਜਨਾਬ ਇਹ ਤੁਹਾਡੀ ਬਦੌਲਤ ਜਨਾਬ ਕਿਉਂਕਿ ਸ਼ਾਇਦ ਸਿੰਗਲ ਮੈਂ ਨਾ ਪਹੁੰਚ ਸਕਾਂ ਕਿਉਂਕਿ ਨਵਾਂ ਬੰਦਾ ਫਿਰ ਨਵਾਂ ਹੀ ਹੋਣਾ ਮੈਂ ਉਹ ਇਸ ਤਰ੍ਹਾਂ ਨੇ ਇਵਨ ਜਾਂ ਇਸ ਤਰ੍ਹਾਂ ਦੀ ਜਗ੍ਹਾ ਪਰ ਉਸ ਟਾਈਮ ਤੱਕ ਨਹੀਂ ਪੁੱਛਣਾ ਜਿੰਨਾ ਕੋਈ ਬੰਦਾ ਰਹਿਨਮਾਈ ਨਾ ਕਰ ਸਕੇ ਜੇ ਹਨਾ ਤਾਂ ਜਨਾਬ ਨਾ ਬਹੁਤ ਸ਼ੁਕਰੀਆ ਜੇ ਹਨਾ ਅਤੇ ਅਸਾਂ ਵੀ ਸਿਸਟਮ ਵਿੱਚੋਂ ਆਉਣੇ ਵਾਸਤੇ ਮਲੂਮਾਤ ਦੇਣੇ ਵਾਸਤੇ ਔਰ ਇਸ ਜਗ੍ਹਾ ਪਰ ਆਉਣੇ ਵਾਸਤੇ ਜਨਾਬ ਬਹੁਤ ਸ਼ੁਕਰੀਆ ਜੇ ਹਨਾ ਟਾਈਮ ਸਪੈਂਡ ਕੀਤਾ ਅਸਾਂ ਵਾਸਤੇ ਜੇ ਹਨਾ ਇਹ ਸਭ ਤੋਂ ਬੜੀ ਚੀਜ਼ ਹੈ ਜੇ ਹਨਾ ਦੂਸਰਾ ਇਹ ਕਿ ਤੁਸਾਂ ਨਾ ਵੀ ਸ਼ੁਕਰੀਆ ਇਸ ਤਰ੍ਹਾਂ ਕਿ ਜਦੋਂ ਤੁਸੀਂ ਆਇਆ ਨਾ ਨਵਾਂ ਬੰਦਾ ਇਕੱਲਾ ਸੀ ਤੇ ਉਹ ਵੀ ਜਨਾਬ ਨਹੀਂ ਤੱਕਣਾ ਚਾਹੁੰਦਾ ਪੁਰਾਣਾ ਬੰਦਾ ਵੀ ਇਕੱਲਿਆਂ ਜਨਾਬ ਇਹ ਕਿ ਸਬੱਬ ਹੀ ਹੋਇਆ ਤਾਂ ਬੰਦਾ ਨਾ 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 ਨਹੀਂ ਸੀ ਸੀ ਕੋਈ ਸ਼ੱਕ ਇਹ ਤੁਸਾਂ ਦਾ ਸ਼ੁਕਰੀਆ ਕਿ ਜਨਾਬ ਤੁਸੀਂ ਆਏ ਤਾਂ ਸਭ ਤੁਸਾਂ ਇਸ ਬੱਬੇ ਨਾਲ ਕਿ ਅਸਾਂ ਜੀ ਫਿਰ ਚਾਹੀਦੇ ਤੱਕਣੇ ਨਾ ਨਾ ਬਹੁਤ ਸ਼ੁਕਰੀਆ ਸਰ ਬਾਕੀ ਇਹ ਕਿ ਤੁਸਾਂ ਕੋਲ ਟਾਈਮ ਸ਼ਾਰਟ ਹੈ ਵਰਨਾ ਇਹ ਹੈ ਕਿ ਬਾਕੀ ਜਿਹੜੀਆਂ ਮਜ਼ੀਦ ਸਿਟੀਜ਼ ਹਨ ਉੱਥੇ ਜਿਹੜੀਆਂ ਚੀਜ਼ਾਂ ਨੇ ਕਿਉਂਕਿ ਟਰਕੀ 'ਚ ਮੀਂਹ ਮਿਸਾਲ ਕੇ ਤੌਰ 'ਤੇ 10 ਸਾਲ ਹੋਈ ਹੈ ਜੀ ਸਰ ਤੇ ਮਤਲਬ ਕਿ ਜਿੰਨੇ ਵੀ ਸਿਟੀਜ਼ ਹਨ ਸਾਰਾ ਜੋ ਮਾਮਲਾਤ ਹੈ ਉਹ ਬਿਹਤਰੀਨ ਜੋ ਟਰਕੀ ਦੀਆਂ ਅਟਰੈਕਸ਼ਨਸ ਹਨ ਉਹ ਸਾਰੀਆਂ ਪਤਾ ਠੀਕ ਹੈ ਨਾ ਬਹੁਤ ਸ਼ੁਕਰੀਆ ਉਸਨੇ ਮੁਤਲਕਾ ਇਹ ਹੈ ਕਿ ਬਾਕੀ ਵੀ ਕੋਈ ਕੰਮ ਹੋਇਆ ਟਰਕੀ ਦੇ ਅੰਦਰ ਮਿਸਾਲ ਕੇ ਤੌਰ ਪ੍ਰਾਪਰਟੀ ਬਾਏ ਕਰਨਾ ਨੈਸ਼ਨੈਲਿਟੀ ਕੇ ਵਾਸਤੇ ਅਪਲਾਈ ਕਰਨਾ ਔਰ ਉਸ ਤੋਂ ਬਾਅਦ TRC ਉਸਨੇ ਮੁਤਲਕਾ ਕੋਈ ਵੀ ਇਨਫੋਰਮੇਸ਼ਨ ਆ ਗਿਆ ਸੋ ਉਸਨੇ ਪੈਸੋ ਤੇ ਸਟੂਡੈਂਟਸ ਵਗੈਰਾ ਅਗਰ ਟਰਕੀ ਦੇ ਅੰਦਰ ਮਤਲਬ ਬੈਚਲਰਸ ਮਾਸਟਰਸ PhD ਕਰਨੇ ਲਈ ਜਿਹੜੇ ਸਟੂਡੈਂਟਸ ਹਨ ਉਹਨਾਂ ਨੇ ਰਹਿਨਮਾਈ ਕਿ ਉਹ ਕਿਸ ਤਰ੍ਹਾਂ ਐਡਮਿਸ਼ਨ ਮੈਂ ਇੱਥੇ ਸਦਾਮ ਸਾਹਿਬ ਨੇ ਗੱਲ ਟੋਕਣੇ ਨਾਲ ਇੱਕ ਤੱਕਣੇ ਨਾਲ ਆਪਣੇ ਵਿਊਰ ਨੇ ਹਵਾਲੇ ਨਾਲ ਇਹ ਚੀਜ਼ ਵੀ ਆਖਣਾ ਚਾਹੁੰਦਾ ਕਿ ਜਨਾਬ ਵਾਲਾ ਇਹ ਸਦਾਮ ਸਾਹਿਬ ਅਸਾਂ ਨੇ ਇਲਾਕੇ ਨੇ ਮਤਲਬ ਬਾਹਰ ਬੰਦਾ ਜਾਣਾ ਵੈ ਸੀ ਕੋਈ ਬੜੀ ਗੱਲ ਨਹੀਂ ਹੈ ਇੱਥੇ ਕਈ ਐਸੇ ਬੰਦੇ ਫਰਾਡੀ ਵੀ ਹੋਣੇ ਨੇ ਕਿ ਜਿਹੜੇ ਤੁਸਾਂ ਨਾਲ ਫਰਾਡ ਕਰਨ ਦੀ ਕੋਸ਼ਿਸ਼ ਕਰਨੇ ਉਹ ਵੀ ਮੈਂ ਇਨਸ਼ਾਅੱਲਾ ਐਕਸਪਲੇਨ ਕਰ ਸਕਾਂ ਆਪਣੇ ਵੀਡੀਓ ਨੇ ਅੰਦਰ ਇੱਕ ਐਸੀ ਚੀਜ਼ ਸੀ ਜਿਹੜੀ ਬਿਲਕੁਲ ਫਰੀ ਬਣਨੀ ਹੈ ਕੋਈ ਉਸ ਨਾਲ ਇੱਕ ਡਾਲਰ ਵੀ ਨਹੀਂ ਲੱਗਣਾ ਹੱਤਾ ਕਿ ਇਸਲਾਮ ਸਾਹਿਬ ਵੀ ਮੈਂ ਮੈਸੇਜ ਸੈਂਡ ਕੀਤਾ ਸੀ ਮੇਰੇ ਕੋਲੋਂ ਬੰਦਾ ਕਮ ਅਜ਼ ਕਮ ਮੇਰੇ ਹਾਲੇ 'ਚ 100+ ਜਾਂ ਡਾਲਰ ਨਾਲ ਡਿਮਾਂਡ ਕਰਨ ਲੱਗੇ ਸੀ ਕਿ ਇੱਥੋਂ ਇਹ ਚੀਜ਼ ਤੁਸੀਂ ਜਿਸ ਟਾਈਮ ਆਪਸੋ ਤਾਂ ਤੁਸੀਂ ਕਿ ਉਹ 100+ ਡਾਲਰ ਮੇਰਾ 125 ਡਾਲਰ ਇਸ ਤਰ੍ਹਾਂ ਨੇ ਉਹ ਅਮਾਊਂਟ ਮੰਗਣ ਲੱਗੇ ਸੀ ਲੇਕਿਨ ਸਦਾਮ ਸਾਹਿਬ ਜਨਾਬ ਜਿਹੜਾ ਮੈਂ ਇਹਨਾਂ ਨਾਲ ਰਾਬਤਾ ਕੀਤਾ ਇਹਨਾਂ ਵੀ ਦੱਸਿਆ ਜਨਾਬ ਇਹ ਤਾਂ ਰੁਪਈਆ ਇੱਕ ਨਹੀਂ ਲੱਗਣਾ ਜਿਹਾ ਨਾ ਤਾਂ ਅਸਾਂ ਕਿਉਂਕਿ ਥੋੜ੍ਹੇ ਸਾਦੇ ਲੋਕ ਹਾਂ ਥੋੜ੍ਹੇ ਦਿਹਾਤੀ ਲੋਕਾਂ 'ਚ ਵੀ ਸ਼ਾਮਿਲ ਹੋਣੇ ਹਾਂ ਅਤੇ ਜਨਾਬ ਜਿਹੜਾ ਬੰਦੇ ਕੀ ਬੰਦਾ ਮਲੂਮਾਤ ਨਾ ਦੇਵੇ ਇੱਥੇ ਤੱਕ ਬੰਦੇ ਕੀ ਪਤਾ ਨਹੀਂ ਲੱਗਣਾ ਜਿਹਾ ਨਾ ਤਾਂ ਇਨਸ਼ਾਅੱਲਾ ਤੁਸੀਂ ਕੋਈ ਵੀ ਜਨਾਬ ਤੁਰਕੀ ਨਾਲ ਮਿਲਕਾ ਮਲੂਮਾਤ ਹੋਇਆ ਜਾਂ ਪੁੱਛਣੀ ਹੋਇਆ ਉਹ ਜਨਾਬ ਤੁਸੀਂ ਸਦਾਮ ਸਾਹਿਬ ਨਾਲ ਡਾਇਰੈਕਟ ਵੀ ਰਾਬਤਾ ਕਰ ਸਕਦੇ ਹੋ ਫੇਸਬੁੱਕ ਪਰ ਜਾ ਕੇ ਜਨਾਬ ਔਰ ਜਿਸ ਤਰ੍ਹਾਂ ਵੀ ਜਿਹਾ ਨਾ ਮੇਰੇ ਚੈਨਲ ਨੇ ਥਰੂ ਇਨਸ਼ਾਅੱਲਾ ਜਨਾਬ ਅਗਰ ਤੁਸੀਂ ਕਮੈਂਟ ਨੇ ਜ਼ਰੀਏ ਸਦਾਮ ਸਾਹਿਬ ਨਾਲ ਕੋਈ ਗੱਲ ਪੁੱਛਣਾ ਚਾਹੁੰਦੇ ਹੋ ਸਦਾਮ ਸਾਹਿਬ ਇਨਸ਼ਾਅੱਲਾ ਉਸ ਪਰ ਲਾਜ਼ਮੀ ਕਮੈਂਟ ਰਿਪਲਾਈ ਕਰ ਸਕਦੇ ਜਨਾਬ ਜਿਹਾ ਨਾ ਔਰ ਸਵੀਟ ਸਾਹਿਬ ਇਸ ਤਰ੍ਹਾਂ ਕਿ ਤੁਸੀਂ ਜਿਹੜੀ ਉਹ ਚੀਜ਼ ਪੁੱਛੀ ਸੀ ਨਾ ਉਹ ਇਸ ਤਰ੍ਹਾਂ ਕਿ ਟਰਕੀ 'ਚ ਲੈ ਬੰਦਾ ਇੰਟਰ ਹੋਣਾ ਤਾਂ ਉਸਨੇ ਵਾਸਤੇ ਤੁਸੀਂ ਕਿ ਇੱਕ ਟਰਕੀ ਇਹ ਚੀਜ਼ ਪੁੱਛਣਾ ਕਿ ਤੁਸੀਂ ਕੋਵਿਡ ਨਹੀਂ ਵਜ੍ਹਾ ਤੂੰ ਕਿ ਤੁਹਾਨੂੰ ਐਡਰੈਸ ਕਿੱਥੇ ਹੈ ਔਰ ਇਹ ਬੇਸਿਕ ਇਨਫੋਰਮੇਸ਼ਨ ਪੁੱਛੀ ਇੱਕ ਫਾਰਮ ਫਿਲ ਕਰਨਾ ਸਫੀਰ ਸਾਹਿਬ ਮੈਂ ਦੱਸਿਆ ਜੀ ਕਿ ਇਹਨਾਂ ਕੀ ਕੋਈ ਬੰਦਾ ਆਉਣਾ ਜੀ $100 ਲੱਗਸੀ ਤਾਂ ਉਹ ਫਾਰਮ ਫਿਲ ਕਰੀ ਤਾਂ ਦੱਸਾਂ ਤਾਂ ਮੈਂ ਇਹਨਾਂ ਕੀ ਲਿੰਕ ਭੇਜਿਆ ਮੈਂ ਜੀ ਉਹ ਤਾਂ ਬਿਲਕੁਲ ਫਰਾਡ ਕਰਨਾ ਪਿਆ ਇਹ ਤਾਂ ਮਤਲਬ ਬਿਲਕੁਲ ਹੀ ਇਹ ਫਰੀ ਚੀਜ਼ ਹੈ ਬਲਕਿ ਅਸਾਂ ਇੱਕ ਗੌਰਮੈਂਟ ਨਹੀਂ ਫੇਵਰ ਕਰਨੇ ਪਏ ਹਾਂ ਕਿ ਅਸਾਂ ਉਹਨਾਂ ਕੀ ਆਪਣੀ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਨੇ ਪਏ ਜੀ ਫਲਾਣੀ ਜਗ੍ਹਾ ਸਟੇ ਕਰਨਾ ਇਹ ਸਾਰਾ ਕੁਝ ਚੀਜ਼ ਹੈ ਅਤੇ ਇਸਨੇ ਇਸ ਤਾਂ ਮਤਲਬ ਇਹ ਪੈਸੇ ਦੇਣ ਦੀ ਜ਼ਰੂਰਤ ਹੀ ਕੋਈ ਨਹੀਂ ਤਾਂ ਇਹ ਹੈ ਕਿ ਕਈ ਬੰਦੇ ਜਨਾਬ ਇਸ ਚੀਜ਼ ਨਾਲ ਮਤਲਬ ਫਾਇਦਾ ਉਠਾਉਣੇ ਨੇ ਅਤੇ ਬਹਰਹਾਲ ਟਰਕੀ ਨੇ ਮੁਤਲਕਾ ਜਨਾਬ ਕੋਈ ਵੀ
ਕਿਸੇ ਤਰ੍ਹਾਂ ਦੀ ਗਾਈਡੈਂਸ ਕੋਈ ਵੀ ਚੀਜ਼ ਤੇ ਇਨਸ਼ਾਅੱਲਾ ਹਾਜ਼ਰ ਹਾਂ ਸਾਨੂੰ ਜੋ ਵੀ ਇਨਫੋਰਮੇਸ਼ਨ ਮੈਂ ਅਗਰ ਅੱਜ ਇਸ ਟਾਈਮ ਔਰ ਖਾਸ ਕਰਕੇ ਇਸ ਫੈਰੀ ਤੱਕ ਪਹੁੰਚੇ ਤਾਂ ਸਦਾਮ ਸਾਹਿਬ ਨੇ ਬਦੌਲਤ ਹੀ ਪਹੁੰਚੇ ਜਨਾਬ ਤਾਂ ਇਨਸ਼ਾਅੱਲਾ ਹੁਣ ਤੁਸੀਂ ਅਸਾਂ ਇਹ ਸਾਰਾ ਵਿਜ਼ਿਟ ਕਰਾਸਾਂ ਜਨਾਬ ਜਿੰਨਾ ਸਮੁੰਦਰ ਨੇ ਨਾਲੇ ਨਾਲੇ ਜਿੱਧਰ ਜਿੱਧਰ ਫੈਰੀ ਜਾਸੀ ਇਨਸ਼ਾਅੱਲਾ ਜੇ ਨਾ ਤੁਸੀਂ ਉਹ ਸਾਰੇ ਵਿਊ ਦੱਸਾਂ ਔਰ ਬਹੁਤ ਮਜ਼ੇ ਦੀ ਜਗ੍ਹਾ ਜਨਾਬ ਤਾਂ ਇੱਥੋਂ ਇਨਸ਼ਾਅੱਲਾ ਵੀਡੀਓ ਤੱਕ ਸੋ ਦੱਸਣਾ ਦਿਲ ਕਰਸੀ ਗਿਆ ਅਸਾਂ ਵੀ ਜੁਲਾਂ ਬਲਕਿ ਪੂਰੇ ਮੇਰਾ ਵਰਲਡ ਵਿੱਚੋਂ ਜ਼ਿਆਦਾ ਟੂਰਿਸਟ ਜੋ ਹੈ ਨਾ ਉਹ ਇਸਤਮੋਲ ਦੇ ਅੰਦਰ ਹੀ ਇਸ਼ਨਾ ਵੇ ਜਾ ਔਰ ਦੂਸਰੀ ਇਹ ਚੀਜ਼ ਹੈ ਸਫੀਰ ਸਾਹਿਬ ਮੈਂ ਤੁਹਾਨੂੰ ਨਾਲ ਇਹ ਵੀ ਐਡ ਕਰੀ ਉੱਠਾਂ ਕਈ ਅਸਾਂ ਨੇ ਬੰਦਿਆਂ ਕੀ ਮਤਲਬ ਉੱਥੇ ਇਹ ਹੈ ਕਿ ਟਰਕੀ ਦੇ ਅੰਦਰ ਇੰਟਰ ਕਿਸ ਤਰ੍ਹਾਂ ਆਉਣਾ ਠੀਕ ਹੈ ਔਰ ਮਾਇੰਡ ਵਿੱਚ ਇੱਕ ਇਹ ਚੀਜ਼ ਨਹੀਂ ਹੈ ਕਿ ਸ਼ਾਇਦ ਇਲੀਗਲ ਤਰੀਕੇ ਨਾਲ ਹੀ ਬੰਦਾ ਆ ਸਕਣਾ ਜੋ ਕਿ ਇੱਕ ਬੜੀ ਗਲਤ ਫਹਿਮੀ ਹੈ ਔਰ ਇਲੀਗਲ ਕਿਹੜਾ ਕੋਈ ਬੰਦਾ ਇੱਥੇ ਫ੍ਰੀ ਪਹੁੰਚਣਾ ਨਾ 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 ਉਹ ਤਾਂ ਜ਼ਿਆਦਾ ਪੈਸੇ ਲੈ ਗਿਆ ਜਨਾ ਔਰ ਬਲਕਿ ਜਾਨ ਪਰ ਮੈਂ ਤਾਂ ਰਿਸਕ ਹੈ ਗਿਆ ਹੋਣਾ ਜੀ ਐਸੇ ਹੀ ਐਸੇ ਹੀ ਤੇ ਇਸ ਮਨੇ ਇਹ ਕਿ ਆਪਣੇ ਜਿਹੜੇ ਬੰਦੇ ਇਲਾਕੇ ਨੇ ਜੋ ਵੀ ਜਿਸ ਤਰ੍ਹਾਂ ਉਹਨਾਂ ਕੀ ਰਨਵਾਈ ਚਾਹੀਦੀ ਹੈ ਟਰਕੀ ਦੇ ਅੰਦਰ ਔਰ ਬਿਲਕੁਲ ਜੀ ਆ ਜਾਣਾ ਕੋਈ ਨਾ ਨਾ ਚਲੋ ਜਨਾਬ ਤਾਂ ਹੁਣ ਇਨਸ਼ਾਅੱਲਾ ਤੁਸੀਂ ਅਸਾਂ ਜਨਾਬ ਇਨਸ਼ਾਅੱਲਾ ਵਿਊ ਦੱਸਾਂ ਸਾਰੇ ਜਿੱਦਾਂ ਜਿੱਦਾਂ ਅਸਾਂ ਜੈਸਾ ਇਨਸ਼ਾਅੱਲਾ ਜ਼ਰੂਰ ਜਾਣ ਤੇ ਇਨਸ਼ਾਅੱਲਾ ਜਨਾਬ ਨੈਕਸਟ ਵੀ ਇਨਸ਼ਾਅੱਲਾ ਕੋਈ ਹੋਰ ਵੀਡੀਓ ਮੁਲਾਕਾਤ ਹੋਸੀ ਇਨਸ਼ਾਅੱਲਾ ਓਕੇ ਜੀ ਸਹੀ ਖੁਦਾ ਹਾਫਿਜ਼